ਸਨਦਾ ਖਤਰਾ ਸੀ। ਉਹ ਬੰਦਾ ਕਤਲ ਕਰੇਗਾ ਅਸਗਰ ਨਈਅਰ ਦਾ ਜਿਹੜਾ ਜਸ਼ਨ ਵਿੱਚ ਹਾਜ਼ਰ ਵੀ ਹੋਇਆ ਅਤੇ ਤਾਈਦ ਸ਼ਾਮਿਲ ਨਾ ਹੋ ਸਕਿਆ। ਪਲਾਣਿਆਂ ਦਾ ਮੈਂਬਰ ਬਣ ਗਿਆ ਬਾਈ, 1.25 ਲੱਖ ਹਾਜੀਆਂ ਦਾ ਮਜਮਾ, ਐ ਚਮਕਦੀਆਂ ਚਮਕਦੀਆਂ ਟਿੰਡਾਂ ਲੈ ਹਾਜੀ, ਇੰਜ ਤਾਜ਼ੀਆਂ ਤਾਜ਼ੀਆਂ ਲਾਲਾ ਟਿੰਡਾਂ, 0 ਮੀਟਰ 'ਤੇ ਫਰੈਸ਼ ਹਾਜੀ, ਉਹਨਾਂ ਦਾ ਮਜਮਾ ਲੱਗ ਗਿਆ। ਐ ਇਸ ਅੰਦਾਜ਼ ਨਾਲ ਇੰਜ ਪਾਕ ਰਸੂਲੇ ਖੁਦਾ, ਇੰਜ ਆਕਾ ਅਲੀ ਸ਼ਹਿਨਸ਼ਾਹ 1.25 ਲੱਖ ਹਾਜੀਆਂ ਨੂੰ ਮੁਖਾਤਿਬ ਕਰਕੇ ਫਿਰਾ ਦੀ ਜ਼ਿਆਰਤ ਕਰਵਾ ਕੇ ਅਤੇ ਪਾਕ ਰਸੂਲ ਜਿਹੜੀ ਗੱਲ ਕੀਤੀ, ਖੁੰਬੇ ਜੋ ਨੂਰ ਤੁਮੇ ਆਜ, ਰਲੋ ਬਾਈ ਰਲੋ ਬਾਈ ਰਲੋ ਬਾਈ ਰਲੋ ਬਾਈ, ਬੜੀ ਜਲਦੀ ਸਲਾਮ ਕਰਦਾ ਜੀ, ਦਿਖਾਇਆ ਮੈਂ ਆਖ ਰਸੂਲ ਖੁਦਾ ਫਰਮਾ ਰਿਹਾ ਠੰਡਕ ਨੂੰ ਮਹਿਸੂਸ ਫਰਮਾਓ, ਠੰਡਕ ਨੂੰ ਹੈ ਦੁਆ ਮੰਗ ਕੇ ਅੱਲਾ ਹੱਸੇ ਪਾਇਆ ਮੈਨੇ। ਹਰ ਜਸ਼ਨ ਚ ਗੱਲ ਕੀਤੀ, ਇੱਥੇ ਵੀ ਕਰ ਰਹੇ ਹਾਂ, ਆਪਣੇ ਚਿਹਰਿਆਂ ਤੇ ਮੁਹੱਬਤ ਅਲੀ ਦਾ ਨੂਰ ਇੰਜ ਸਜਾ ਕੇ ਬਵਿਆ ਕਰੋ ਜਿਵੇਂ ਧਰਤੀ ਦੇ ਸੀਨੇ ਤੇ ਸੂਰਜ ਅਮਰੇ ਅਲੀ ਨਾਲ ਚਮਕਦਾ ਹੈ। ਹੈਦਰੀ ਹੈਦਰੀ ਸੁਭਾਨ ਅੱਲਾ ਸੁਭਾਨ ਅੱਲਾ, ਕੁੰਪੇ ਜੋ ਨੂਰ ਤੁਮੇ ਆਜ ਦਿਖਾਇਆ ਮੈਨੇ, ਹੈ ਦੁਆ ਮੰਗ ਕੇ ਅੱਲਾ ਹਸੀ ਪਾਇਆ ਮੈਨੇ। ਸਰ ਉਠਾਏ ਉਹ ਬੰਦਾ ਜਿਹੜਾ ਦਿੱਲੀ ਚ ਮੁਹੱਬਤ ਅਲੀ ਸ਼ਹਿਨਸ਼ਾਹ ਦਾ ਖਾਮੋਸ਼ ਸਮੁੰਦਰ ਲੈ ਕੇ ਬੈਠੇ, ਸ਼ੇਰ ਪੜ ਕੇ ਅਸਗਰ ਨਈਅਰ ਤੁਹਾਡੇ ਸਬੂਤ ਨੂੰ ਤੋੜ ਕੇ ਇਸ਼ਕੇ ਅਲੀ ਦੀ ਤੁਗਿਆ ਨਹੀਂ ਪੈਦਾ ਕਰ ਰਹੀ ਹੈ। ਸਰਕਾਰੇ ਖਤਮੀ ਮਰਤਬਾ ਦਾ ਇਸ ਅੰਦਾਜ਼ ਦੇ ਨਾਲ ਫਿਰਾ ਦਾ ਅੱਧ ਬੁਲੰਦ ਕੀਤਾ, ਇੱਕ ਇੱਕ ਹਾਜ਼ਰ ਹੋ ਕੇ ਸਰਕਾਰੇ ਰਸੂਲ ਖੁਦਾ ਫਰਮਾ ਰਹੇ ਨੇ, ਫੌਜ ਖੈਬਰ ਨੇ ਮੇਰੀ ਹਾਰ ਕਈ ਥੀ ਬਾਜ਼ੀ, ਫੌਜ ਖੈਬਰ ਨੇ ਮੇਰੀ ਹਾਰ ਕਈ ਥੀ ਬਾਜ਼ੀ, ਜੰਗ ਹਾਰੀ ਹੋਈ ਉਸ ਵਕਤ ਫਤਿਹ ਮੇ ਬਦਲੀ, ਇਸ ਕੋ ਜਿਸ ਜਿਸ ਵਕਤ ਮਦੀਨਾ ਸੇ ਪਿਛਲੇ ਮੇਰੇ ਸਰਦਾਰ ਸ਼ਾਮਿਲ ਹੈ, ਤਾਈਦ ਸ਼ਾਮਿਲ ਹੈ, ਬੁਲਾਇਆ ਮੈਨੇ ਕੁਰਾਨ ਦੀ ਕਸਮੇ, ਮੁਹੱਬਤ ਅਲੀ ਸ਼ਹਿਨਸ਼ਾਹ ਬੋਲਣ ਦਾ ਤਾਲੁਕ ਜਮਾ ਮਰਦੀ ਨਾਲੇ, ਇਸ ਇਲਾਕੇ ਵਾਲੇ ਕਮਜ਼ੋਰ ਬੰਦੇ ਕੋਲੋਂ ਤੇ ਅਲੀ ਸੁਣਿਆ ਹੀ ਨਹੀਂ ਜਾਂਦਾ। ਸਾਰ ਉਠਾਓ ਤੇ ਵੇਖੋ ਮੇਰੇ ਪਾਸ, ਅੱਛਾ ਇੱਕ ਜੁਮਲਾ ਆਖਾਂ ਫਿਰ ਅਗਲਾ ਸ਼ੇਰ ਆਖਾਂ, ਜੇ ਤੁਸੀਂ ਸੁਣਨ ਤੇ ਜੁੜ ਪਏ ਹੋ ਤੇ ਦੁਨਿਆਵੀ ਸ਼ਾਨੋ ਸ਼ੌਕਤ ਦੇ ਬਾਈ ਜਾਨ ਧੋਖੇ 'ਚ ਬੰਦੇ ਫਸੇ ਹੋਏ ਨੇ, ਮੈਨੂੰ ਕਸਮ ਹੈ 487 ਵਾਲਿਆ ਪੈਦਾ ਕਰਨ ਵਾਲੇ ਦੀ, ਲਾ ਵਾਰਿਸ ਉਹ ਬੰਦਾ ਜਿਹਦਾ ਅਲੀ ਵਾਰਿਸ ਨਹੀਂ।
ہن تسی مکمل تیار ہو شعر سننے واسطے. اس کو جس وقت مدینہ سے بلایا اپنی زندگی جڑی تواڈے حوالے کریا سر چ پتہ لگے گا کون جشن منانا آیا تے کیڑا میرا ذکر نو ویکھنا آیا. پھر ہاتھ ہاتھ بلند کر کے ایک ایک حاجی نو بٹھا کے پاک رسول فرما رہے نے یہ بڑا واقعہ قرآن میں ہوگا تم نے عرش پر پہنچا میں جب اپنے خدا سے ملنے وائسی ہاتھ سے یہ ہاتھ ملایا. بولو جڑے جشن منا رہے ہو یار کیا کہہ رہے بھائی کیا کہہ رہے بھائی یا علی شان جیویں شہزادے مالک تیری نوکری قبول فرما مالک تیری زندگی دراز فرما. لو جی یہ تو میں گراؤنڈ بنائی گراؤنڈ جشن تے میں ہن پڑھنا یہ تو میں اپنے آپ کو بھی مینٹلی پریپیئر کیتا ہے اور تمہیں بھی مکمل آمادہ کیتا ہے. تسی جشن منان تے جڑو تے پھر میں تمہیں جشن سناواں. تھلے اونی دیر میں لینا نہیں جب تک ہر زبانی چولی علی دی صدا نہ آ گئی. آؤ 487 آ لو ہوں میں تمہیں مقام خم غدیر وکھا لگا غدیر سنا نہیں لگا غدیر وکھا لگا نال رل دیو میرے ہوں تریقی لاکر جا پیچھے رہ گیا نصیب کی گل ہے جا نعرہ لیا وہ مقدر ہے اور وہ لطف لے گا ساتھ ہے سارے اللہ تعالیٰ. لو جی مقام خم غدیر کا منظر تمہیں دکھا لگا خوش ہو یار ہاتھ بلند کرو جڑے جشن سننا ہے کیا کہنے کیا کہنے زندہ و سلامت رہو شیر چ لیول کٹانی نہیں مہربانی چاچا واقعات اب ملتے نہیں ہے دینیات میں. Thank you.
ਇਹ ਥੋੜਾ ਥੱਲੇ ਨਹੀਂ ਹੁੰਦਾ ਜਨਾਬ ਜਨਾਬ ਤੁਹਾਨੂੰ ਸੁਣ ਰਿਹਾ ਸੁਭਾਨ ਅੱਲਾ सलामत रहो अब ये बताओ किसका पहला नंबर है 487 वाला कुरान की कसम है टूटती फिरती लाश यो बंदा जेड़ा दिल ते रखता है मगर दिल विच अली नहीं रखता ਕਹਿੰਦੇ ਬਾਈ ਉਹ ਤੂੰ ਫਰੈਸ਼ ਹੋਏ ਹੋ ਕਿਹੜੇ ਲੱਥੇ ਨੇ ਅਬ ਇਹ ਬਤਾਓ ਕਿਸਕਾ ਪਹਿਲਾ ਅੱਛਾ ਜਿਹੜੇ ਅਜ਼ਾਦਾਰ ਦਿਲ ਦੇ ਕਾਬੇ ਚ ਅਲੀ ਨੂੰ ਵਲੀ ਉਲਾ ਦੀ ਅਜ਼ਾਨ ਦਿੰਦੇ ਨੇ ਨਾ ਉਹ ਮੌਲਾ ਦੀ ਮੁਲਾਕਾਤ ਵਾਸਤੇ ਮੌਤ ਨੂੰ ਇੰਜ ਗੱਲ ਲਾਉਂਦੇ ਨੇ ਜਿਵੇਂ ਸੱਚੀ ਮਾਂ ਪੁੱਤਰ ਨੂੰ ਲਾਉਂਦੀ ਹੈ ਅਬ ਇਹ ਬਤਾਓ ਕਿਸਕਾ ਪਹਿਲਾ ਜਿਵੇਂ ਚੰਦ ਮੇਰੇ ਮੌਲਾ ਦਾ ਨਾਂ ਚਮਕਦਾ ਹੈ ਇੰਜ ਹਰ ਅਲਦਾਰ ਆਪਣੇ ਚਿਹਰੇ ਤੇ ਮੁਹੱਬਤ ਅਲੀ ਦਾ ਨੂਰ ਸਜਾ ਕੇ ਹੋਵੇ ਪਤਾ ਲੱਗੇ ਅਲੀ ਦੇ ਖੁਦਾ ਦਾ ਟੁਕੜ ਖਾਣ ਵਾਲੇ ਬੰਦੇ ਬੈਠ 487 ਦਾ ਇੱਕ ਮਿਆਰ ਹੈ ਇੱਕ ਲੈਵਲ ਹੈ ਅਲਦਾਰੀ ਚ ਆਓ ਜੀ ਸ਼ੇਰ ਅਸਕਰਾਮ ਪੜ੍ਹਦੇ ਆ ਸਾਰੋ ਫੌਜ ਦੇ ਵੇਖੋ ਮੇਰੇ ਪਾਸੇ ਐਲਾਨ ਹੈ ਮਨ ਕੁੱਤ ਤਮ ਮੌਲਾ ਦੇ ਬਾਦ ਜਨਾਬੇ ਕੰਬਰ ਅਲੀ ਸ਼ਹਿਨਸ਼ਾਹ ਦਾ ਨੌਕਰ ਜਨਾਬੇ ਕੰਬਰ ਖੁਸ਼ੀ ਨਾਲ ਝੂਮ ਝੂਮ ਕੇ ਐਲਾਨ ਕਰਕੇ ਆਖ ਰਹੇ ਤੁਹਾਡੇ ਸੁਣਨ ਦੀ ਕਿਆ ਬਾਤ ਹੈ ਤੁਹਾਡੇ ਬੋਲਣ ਦੀ ਕਿਆ ਬਾਤ ਹੈ ਆ ਮੁੰਡਾ ਰੋਣਗੇ ਤੁਹਾਡੀਆਂ ਮਹਿਫਲਾਂ ਦੀ ਮੌਲਾ ਜ਼ਿੰਦਗੀ ਦਰਾਸ ਮਾਲਿਕ ਤੁਹਾਨੂੰ ਵਸਦਿਆਂ ਰੱਖਣ ਅੱਛਾ ਤਾਰਿਕ ਬਾਈ ਕੁਝ ਬੰਦੇ ਅਜੇ ਵੀ ਮੈਨੂੰ ਇੰਜ ਪੈ ਵਹਿੰਦੇ ਨੇ ਇੰਜ ਸ਼ਾਇਦ ਉਹਨਾਂ ਨੂੰ ਨੀਂਦ ਦਾ ਗਲਬਾ ਹੈ ਕੋਸ਼ਿਸ਼ ਕਰਨੀ ਆ ਉਹਨਾਂ ਨੂੰ ਜਗਾਉਣ ਦੀ ਸਵਾਨ ਨਹੀਂ ਆਇਆ ਤੁਹਾਨੂੰ ਜਗਾਉਣ ਆਇਆ ਮੈਂ ਪੜ੍ਹਦੇ ਨੇ ਆ ਜਨਾਬ ਮੈਂ ਤੁਹਾਡੀ ਨੌਕਰੀ ਅਸੀਂ ਤੇ ਹਾਜ਼ਰ ਹਾਂ ਜੋ ਜੋ ਆਖੋਗੇ ਉਹ ਪੜਾਂਗੇ ਇੱਕ ਸੀਧਾ ਹੋਰ ਪੜ੍ਹੀਏ ਗਦੀਰ ਦਾ ਹੋਰ ਪੜ੍ਹੀਏ ਕਸੀਦਾ ਖੁਮਕੇ